हाँ जी भाई, सत श्री अकाल जी। तुसी देख रहे हो नव समाचार चैनल, तो मैं हाँ तुहाडा अपना सुरिंदर सिंह। जिस तरह कि अज असी पटियाला दे विच बस स्टैंड दे विच मौजूद हाँ, जिथे कि कंप्यूटर दा टोटल पंजाब तों आए हुए हैं। तो अज साडे नाल प्रधान गुरविंदर सिंह, जो कि अध्यापक टीचर यूनियन दे कंप्यूटर अध्यापक टीचर यूनियन दे प्रधान ने, आओ उन्हां नाल गल करांगे। भाजी सत श्री अकाल जी। गुरविंदर सिंह तरनाल। हाँ जी भाजी, अज जिहड़ा तुसी पटियाला दे विच धरना लगा रहे हो, अज असीं समुचे पंजाब दे विचों इत्थे कंप्यूटर अध्यापक इकट्ठे होए आ। मर्ज इह आ कि सानूं 14-15 साल हो गए आ सरकारी स्कूलों के सेवावान निभाद्या नूं। 2010 दे विच सरकार दे नाल मीटिंगां होईयां, मीटिंग के बाद माणयोग राजपाल जी वल्लों नोटिफिकेशन जारी हुंदा कि कंप्यूटर अध्यापकां नूं रैगूलर किया जाना। 2011 दे विच कंप्यूटर अध्यापकां नूं नियुक्ति पत्र मिल गए, जिहदे विच इन्हां बिना शर्तां लिखियां कि रैगूलर मुलाजमां वालियां सारियां सहूलतां जिहड़ियां कंप्यूटर अध्यापकां नूं मिलणगियां। पर 10-12 साल बीत जाण दे बावजूद भी सरकार जिहड़ी आ जां विभाग आ उह आनाकतनी करदा पिया। इत्थे इह गल साबित हुंदी आ कि सरकार दा जिहड़ा ब्यूरोक्रेट्स आ, IAS लॉबी आ, ਉਹ ਪਤਾ ਨਹੀਂ ਜਾਂ ਤਾਂ ਸਰਕਾਰ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ, ਉਹ ਨਹੀਂ ਚਾਹੁੰਦੀ ਕਿ ਸਰਕਾਰ ਰਿਪੀਟ ਹੋਵੇ ਦੁਬਾਰਾ, ਜਾਂ ਸਾਡੇ ਨਾਲ ਕੋਈ ਨਿੱਜੀ ਦੁਸ਼ਮਣੀ ਆ ਕਿ ਵਾਰ ਵਾਰ ਸਾਨੂੰ ਲਾਰਿਆਂ ਦੇ ਨਾਲ ਲਿਖਤੀ ਨਿਯੁਕਤੀ ਪੱਤਰ ਹੋਣ ਦੇ ਬਾਵਜੂਦ ਵੀ ਸਾਨੂੰ ਜਿਹੜਾ ਵਾਰ ਵਾਰ ਉੱਥੋਂ ਭੇਜਿਆ ਜਾਂਦਾ ਲਾਰੇ ਲਾ ਕੇ। ਅਤੇ ਪਿਛਲੇ ਮਹੀਨੇ ਦੇ ਅਸੀਂ ਇੱਥੇ ਰੈਲੀ ਕੀਤੀ ਸੀ ਪਟਿਆਲੇ 'ਚ, ਸ਼ਰੇਹ ਕੁਮਾਰ ਜੀ ਦੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਫਿਕਸ ਕਰਵਾਈ, ਉਹ ਵੀ ਮੀਟਿੰਗ ਸਾਨੂੰ 2 ਵਾਰ ਉੱਥੋਂ ਵਾਪਸ ਮੁੜਨਾ ਪਿਆ। ਵਾਰ ਵਾਰ ਯਤਨ ਕਰਨ 'ਤੇ ਸਾਡੀ ਮੀਟਿੰਗ ਸੁਰੇਸ਼ ਕੁਮਾਰ ਜੀ ਨਾਲ ਹੁੰਦੀ ਆ, ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਮੰਗਾਂ ਸਾਡੀਆਂ ਮੰਨੀਆਂ ਅਸੀਂ ਉਹਨਾਂ 'ਤੇ ਸਹਿਮਤੀ ਦਿੱਤੀ। ਅਤੇ ਉਹਨਾਂ ਨੇ ਇਹ ਕਿਹਾ ਕਿ ਵਿੱਤ ਵਿਭਾਗ ਨੂੰ ਜਿਹੜੀ ਉਹਦੀ ਫਾਈਲ ਆ, ਸਿੱਖਿਆ ਸਕੱਤਰ ਨੂੰ ਹੁਕਮ ਕੀਤਾ ਕਿ ਉਹ ਫਾਈਲ ਜਿਹੜੀ ਬਣਾ ਕੇ ਭੇਜੀ ਜਾਵੇ। ਉਹ ਸਿੱਖਿਆ ਸਕੱਤਰ ਜੀ ਵੱਲੋਂ ਫਾਈਲ ਜਿਹੜੀ ਵਿੱਤ ਵਿਭਾਗ ਨੂੰ ਭੇਜੀ ਗਈ ਆ, ਪਰ ਵਿੱਤ ਵਿਭਾਗ ਸੁਸਾਇਟੀ ਦਾ ਬਹਾਨਾ ਲਾ ਕੇ ਉਹ ਆਨਾਕਤਨੀ ਕਰਦਾ ਕਿ ਕੰਪਿਊਟਰ ਅਧਿਆਪਕਾਂ ਦਾ ਜਿਹੜਾ ਬੋਝ ਆ ਉਹ ਸਰਕਾਰ ਨਹੀਂ ਝੱਲ ਸਕਦੀ। ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਕਿ ਵਾਕਿਆ ਸਰਕਾਰ ਨਹੀਂ ਝੱਲ ਸਕਦੀ ਕਿ ਜਾਂ ਬਿਊਰੋਕਰੇਟਸ ਨਹੀਂ ਝੱਲ ਸਕਦੇ, ਕਿਉਂਕਿ ਸਰਕਾਰ ਨੇ ਤਾਂ ਪਿਛਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਹੈਗਾ ਕਿ ਜਿਹੜਾ ਗੈਪ ਫੰਡਿੰਗ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ 'ਤੇ ਪੈਣੀ ਆ ਉਹ ਸਾਰੀ ਦੀ ਸਾਰੀ ਪੰਜਾਬ ਸਰਕਾਰ ਝੱਲੂਗੀ। ਜਿਹੜੇ ਲਾਭ ਰੈਗੂਲਰ ਅਧਿਆਪਕਾਂ ਵਾਲੇ ਮਿਲਣੇ ਆ ਉਹ ਕੰਪਿਊਟਰ ਅਧਿਆਪਕਾਂ ਨੂੰ ਦਿੱਤੇ ਜਾਣਗੇ, ਪਰ ਸਰਕਾਰ ਇਹਨਾਂ ਦੇ ਵਿਭਾਗ ਦੇ ਨੁਮਾਇੰਦਿਆਂ ਦੀ ਆਨਾਕਤਨੀ ਕਰਨ ਦੇ ਬਾਵਜੂਦ ਸਰਕਾਰ ਦਾ ਅਕਸ ਜਿਹੜਾ ਖਰਾਬ ਹੋ ਰਿਹਾ ਵਾ। ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪ ਕੈਪਟਨ ਸਾਹਿਬ ਦਖਲ ਦੇ ਕੇ, ਕਿਉਂਕਿ ਇਹਨਾਂ ਨੇ ਰੈਲੀ ਮਤਲਬ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਮੀਟਿੰਗਾਂ ਕੀਤੀਆਂ, ਅਸੀਂ ਵਾਅਦੇ ਕੀਤੇ ਸੀ ਤੁਹਾਡੀ ਇੱਕ ਇੱਕ ਮੰਗ ਪੂਰੀ ਕਰਾਂਗੇ। ਸਾਨੂੰ ਰੈਗੂਲਰ ਕਰਨ ਦੇ ਨਾਲ, ਸਾਡੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ ਇੱਕ ਵੀ ਪੈਸੇ ਦਾ ਬੋਝ ਜਿਹੜਾ ਸਰਕਾਰ 'ਤੇ ਨਹੀਂ ਪੈਂਦਾ, ਜੇ ਸਾਨੂੰ ਉਹ ਸਿੱਖਿਆ ਵਿਭਾਗ 'ਚ ਮਰਜ਼ ਕਰਦੇ ਆ। ਤਾਂ ਇਹ ਫਿਰ ਬਿਊਰੋਕਰੇਟਸ ਦੇ ਮਗਰ ਲੱਗ ਕੇ ਆਪਣਾ ਜਲੂਸ ਸਰਕਾਰ ਕਿਉਂ ਕਢਾਉਂਦੀ ਪਈ ਆ? ਅਸੀਂ ਅਪੀਲ ਕਰਦੇ ਹਾਂ ਸਾਡੀਆਂ ਮੰਗਾਂ ਵੱਲ ਗੌਰ ਕਰੋ, ਨਹੀਂ ਤਾਂ ਪੜ੍ਹਿਆ ਲਿਖਿਆ ਵਰਗ ਜਿਹੜਾ 4.5 ਸਾਲ ਇਹਨਾਂ ਦੇ ਮੂੰਹ ਵੱਲ ਵੇਖ ਰਿਹਾ ਉਹ ਹੁਣ ਜਿਹੜਾ ਵਾ ਇਹਨਾਂ ਨੂੰ ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦਾ ਰੋਹ ਦਾ ਸਾਹਮਣਾ ਕਰਨਾ ਪਊਗਾ। ਥਾਂ ਥਾਂ 'ਤੇ ਇਸੇ ਤਰੀਕੇ ਦੇ ਜਿਹੜੇ ਰੋਸ ਮੁਜ਼ਾਰੇ ਆ ਉਹ ਜਾਰੀ ਰਹਿਣਗੇ। ਗੁਰਵਿੰਦਰ ਸਿੰਘ ਜੀ, ਕੀ ਲੱਗਦਾ ਜਿਹੜਾ ਹੁਣ ਅੱਜ ਜਿਹੜਾ ਤੁਸੀਂ ਧਰਨਾ ਦਿੱਤਾ ਇਹਦੇ ਜੇ ਤੁਹਾਡੇ ਕੋਈ ਨਹੀਂ ਕੋਈ ਇਹਦੇ ਪੋਜ਼ੀਟਿਵ ਰਿਜ਼ਲਟ ਨਹੀਂ ਆਉਂਦੇ ਤਾਂ ਇਸ ਤੋਂ ਬਾਅਦ ਤੁਹਾਡਾ ਕੀ ਰਣਨੀਤੀ ਹੋਊ? ਲਗਾਤਾਰ ਸੰਘਰਸ਼ ਹੋਵੇਗਾ ਜੀ, ਹਰ ਹਫ਼ਤੇ ਰੈਲੀਆਂ ਹੋਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਮਜਬੂਰ ਹੋਣਾ ਪਿਆ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਵੜਾਂਗੇ। ਜਿੱਦਾਂ ਕਿਸਾਨ ਇਹਨਾਂ ਦਾ ਵਿਰੋਧ ਪਿੰਡ ਪਿੰਡ ਕਰਦੇ ਪਏ ਆ, ਅਸੀਂ ਕਿਸਾਨਾਂ ਦਾ ਸਾਥ ਦੇ ਕੇ ਪਿੰਡ ਪਿੰਡ ਇਹਨਾਂ ਦੇ ਨੇਤਾਵਾਂ ਦਾ ਵਿਰੋਧ ਕਰਾਂਗੇ। ਇਹਨਾਂ ਨੂੰ ਪਿੰਡਾਂ ਦੇ ਵਿੱਚ ਰੈਲੀਆਂ ਨਹੀਂ ਕਰਨ ਦੇਵਾਂਗੇ, ਜਿੱਥੇ ਰੈਲੀਆਂ ਦੇ ਜਾਣਗੇ ਉੱਥੇ ਇਹਨਾਂ ਦਾ ਖੱਲਰ ਪਾਵਾਂਗੇ। ਅਤੇ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਕੰਪਿਊਟਰ ਅਧਿਆਪਕ ਨੇ, IT ਦੇ ਮਾਹਰ ਨੇ, ਸੋਸ਼ਲ ਮੀਡੀਆ ਦੇ ਉੱਤੇ ਵੀ ਸਰਕਾਰ ਦਾ ਜਲੂਸ ਕੱਢਾਂਗੇ। ਜਲੂਸ ਝੂਠਾ ਨਹੀਂ ਕੱਢਾਂਗੇ, ਇਹ ਕਹਾਂਗੇ ਕਿ ਜਿਹੜੇ ਲਿਖਤੀ ਵਾਅਦੇ ਕੀਤੇ ਉਹ ਹੀ ਨਹੀਂ ਮੰਨਦੀ ਸਰਕਾਰ, ਅਤੇ ਇਹ ਕਿਸਾਨਾਂ ਦੀ ਗੱਲ ਕਿੱਥੋਂ ਕਰਦੇ ਆ? ਵੀ ਇਹ ਗੁੜਕੇ ਦੀਆਂ ਸਹੁੰਾਂ ਖਾ ਕੇ ਕਿੱਥੋਂ ਇਹ ਪੂਰੀਆਂ ਕਰ ਦੇਣਗੇ ਜਿਹੜੇ ਲਿਖਤੀ ਵਾਅਦਿਆਂ ਤੋਂ ਭੱਜ ਰਹੇ ਆ? ਸੋ ਅਸੀਂ ਲੋਕਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਲੈ ਕੇ ਜਾਵਾਂਗੇ, ਜਿਹਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਭੁਗਤਣਾ ਪਊਗਾ। ਭਾਅ ਜੀ ਕੀ ਨਾਮ ਆ ਭਾਅ ਜੀ ਤੁਹਾਡਾ? ਸਿਕੰਦਰ ਸਿੰਘ ਹੈ ਜੀ, ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਮੈਂ ਨਿਯੁਕਤ ਕੀਤਾ ਹੋਇਆ, ਅਤੇ ਅਸੀਂ ਅੱਜ ਤੁਹਾਡੇ ਨਵ ਸਮਾਚਾਰ ਦੇ ਮਾਧਿਅਮ ਚੈਨਲ ਦੇ ਮਾਧਿਅਮ 'ਤੇ ਆਮ ਜਨਤਾ ਨੂੰ ਜਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਕੰਪਿਊਟਰ ਅਧਿਆਪਕ ਸਾਰੇ ਪੰਜਾਬ ਤੋਂ ਅੱਜ ਇੱਥੇ ਅਸੀਂ ਪੰਜਾਬ ਸਰਕਾਰ ਕੈਪਟਨ ਸਰਕਾਰ ਕੋਲੋਂ ਇਹ ਮੰਗ ਕਰਨ ਆਏ ਹਾਂ ਵੀ ਇਹਨਾਂ ਨੇ ਸਾਨੂੰ ਪਹਿਲਾਂ 2006 ਦੇ ਵਿੱਚ ਠੇਕੇ ਦੀ ਭਰਤੀ 'ਤੇ ਪਿਕ ਸੁਸਾਇਟੀ ਦੇ ਵਿੱਚ ਨਿਯੁਕਤ ਕੀਤਾ ਸੀ, ਫਿਰ ਬਾਦਲ ਸਰਕਾਰ ਨੇ 2011 ਦੇ ਵਿੱਚ ਸਾਨੂੰ ਸਾਡੀਆਂ ਮੰਗਾਂ ਦੇ ਆਧਾਰਿਤ ਪਿਕ ਸੁਸਾਇਟੀ ਦੇ ਵਿੱਚ ਹੀ PICT ਦੇ ਵਿੱਚ ਪੰਜਾਬ ਇਨਫੋਰਮੇਸ਼ਨ ਟੈਕਨੋਲੋਜੀ ਸੁਸਾਇਟੀ ਦੇ ਵਿੱਚ ਸਾਨੂੰ ਰੈਗੂਲਰ ਕੀਤਾ, ਅਤੇ ਸਾਡੇ ਉੱਤੇ CSR ਰੂਲ, ਪੰਜਾਬ ਸਰਕਾਰ ਦੇ ਸਾਰੇ ਬਣਦੇ ਲਾਭ
देने वास्ते सानू नियुक्ति पत्र गवर्नर तो उन्होंने सानू नोटिफिकेशन करके साढ़े ते लागू किए, पर समय दे नाल साथों सारियां वह एक एक करके सहूलत खोदे गए। सानू आई आर साडा ए सी पी साडू सी एस आर रूल मैडिकल रीइंबर्समेंट लगभग कोई भी ऐसा लाभ जो दूसरे पक्के मुलाजमान या पक्के साडे जिहड़े होर सिक्ख्या विभाग के अध्यापक ने उन्होंने मिलते हैं, सानू सारे ही लाभ देने तो पंजाब सरकार लगातार आनाकानी कर रही है। पिछले बीते समय साड़ी जिहड़ी लगातार प्रशासन नाल मीटिंगां हो रही ने, सुरेश कुमार जी नाल होईआं, सिक्ख्या मंत्री नाल होईआं, कृष्ण कुमार जी नाल होईआं, सिक्ख्या मंत्री तां मैनूं लगदा भी साढ़े सारे मसले तो हथ खड़े करके कह चुका भी मेरे हथ वास यह मसला है नहीं। फिर असी फिर विरोध प्रदर्शन किए हैं, वो विरोध प्रदर्शन साढ़े जिहड़ी अगली मीटिंग साड़ी इन्हां ने सुरेश कुमार जी नाल फाइनल कराई, फुल पैनल मीटिंग सी उस दे विच, उस मीटिंग दे विच यह होया सी भी जो साढ़े विभाग के ऑर्डर सानू जो दिते हुए आ सारे इन विन साढ़े ते लागू होणगे। ते ओ जदों फाइल इन्हां ने बना के एफ डी विभाग नूं भेजी, फाइनांस सकत्तर नूं भेजी, तां ओह हुण फिर साड़ी ओह फाइल लागू करन तो आनाकानी कर रहा। मैं इत्थे एक विशेष तौर पर तुहानूं दसना चाहांगा, जो साड़ी इह सोसाइटी है यह फुली पंजाब सरकार द्वारा फंडड है, इस दे विच कोई भी एक नवां पैसा किसी भी केंद्र सरकार का किसी भी कोई बाहरी सरकार का नहीं आ रहा। पंजाब सरकार जे अज भी सानू रेगुलर करती है, इस दे उत्ते किसी एक नवे पैसे का कोई बोझ नहीं पै रहा। मैं तुहाडे चैनल के माध्यम राही पंजाब सरकार नू यह चेतावनी भी देना चाहना, अपील भी करदा भी जे तुसीं प्रशांत किशोर वर्गियां नू हायर करके सोशल मीडिया राही आपका प्रचार करवाना चाहते हो, किन्ने कु बंदे होणगे प्रशांत किशोर कोल, 200 400 500, यह 7000 CF है, 7000 CF वह ने जिन्हां कोल एम टैक एम बी टैक एम सी ए बी सी ए एडिया उच्च कंप्यूटर क्वालिफाइड जिहड़ियां एप्लीकेशन नाल इन्हां दीआं डिग्रियां ने, जे यह आपदी मर्जी ते आ गए आपदी यह रोस प्रदर्शन करते आ गए तो हरेक सोशल मीडिया के उत्ते असीं इन्हां दा विरोध करांगे। जिन्ना समा यह साडियां सारियां मंगां लागू नहीं करते उन्ना चिर असीं हरेक प्लेटफॉर्म से हरेक सोशल मीडिया से हरेक रैलियां से हरेक पिंड पिंड से जाके असीं इन्हां दा विरोध करांगे। जदों तक ये साड़ी कोई भी मंग मानते नहीं उन्ना चिर यह विरोध जारी रहेगा। मैं तुहाडे चैनल के माध्यम राही एक बार फिर पंजाब सरकार नूं अपील करदा भी साडियां मंगां दा वाजब हल करके साढ़े इस धरने नूं समाप्त किया जाए। मैं एक बार फिर नव समाचार का बहुत बहुत धन्यवाद करदा। अज तुसीं इह धरना लगाया इह जे तुहाडी सरकार मंगां नहीं मंगदियां तां इह तुहाडी रणनीति की है? रणनीति इह आ भी असीं अज सारी रात इत्थे जिन्नी फुल स्ट्रेंथ हैगी है साडा एक भी बंदा इत्थों जाएगा नहीं, असीं सारी रात इत्थे बैठांगे। जिन्ना चिर साडी फुल पैनल मीटिंग सुरेश कुमार जी नाल, उहदे विच फाइनांस सैकटरी होना चाहिए, उहदे विच साडा एजुकेशन सैकटरी होना चाहिए, उहदे विच साडा जिहड़ा सिक्ख्या मंत्री पंजाब है विजेंद्र सिंगला जी वह भी होने चाहिए आ, तां ही इह इहदा साडे मसले का हल निकलना, अदरवाइज़ इस मसले का कोई हल नहीं निकलना। यह वक्खो वक्खरियां साडे नाल मीटिंगां करदे आ, उहनां कोल जांदे आ उह कहिंदे फाइनांस सैकटरी नहीं मानदा, फाइनांस सैकटरी कोल जांदे आ उह कहिंदे कृष्ण कुमार नहीं मानदा, कृष्ण कुमार कोल जांदे आ उह कहिंदे सुरेश कुमार नहीं मानदा। जदों सारे इकट्ठे होणगे इस मसले का इक्को टेबल टाक ते उसे ते ही हल निकलना। मैं तुहाडे माध्यम तुहाडे चैनल का बहुत बहुत धन्यवाद करदा, तुसीं साडी मंग नूं उजागर कीता, परमात्मा करे तुहाडे चैनल दे माध्यम नाल साडी मंग जल्द पूरी होवे। धन्यवाद जी। हाँ जी मैडम, तुसीं की कहना चाहोगे? हाँ जी, मेरा नाम सुखजीत, हाँ जी मेरा नाम सुखजीत कौर, हाँ जी मेरा नाम सुखजीत कौर, मैं कंप्यूटर टीचर हाँ। असी 2005 भर्ती हुए सीगे, 2011 दे विच सानू गवर्नर जनरल राही ऑर्डर दे के रैगूलर ऑर्डर दे के सानू पक्के कर दिता गया सी। 1 जुलाई 2011 असी रैगूलर हो गए सी, पर उस तो बाद सानू उक्की पुक्की तनखाह दिती जा रही आ, कोई भी रैगूलर माण भत्ता नहीं दिता जा रहा। असी सरकार तो यही मांग करते हैं कि सानू भी दूजे मुलाजमान के वांग सारा कुछ रैगूलर टीचर के वांग सानू माण भत्ते दिते जान, जो उन्होंने साडे ऑर्डर जो भी लिखा उही उही रूल साडे ते लागू किए जान। अज मैं यही गुजारिश करती हाँ, जे साडी मंग कोई भी ना मन्नी गई इदू बाद असी मोती महल वल कूच करांगे, ते अगला जो भी होगा साडे प्रधान साहब सानू जिवें कहणगे असी उस तरह चलांगे। ठीक है कुछ की नाम भाई तुहाडा जी? प्रदीप कुमारी। हाँ जी, की कहोगे भाई जी जिहड़ा अज तुसीं धरना लगाया? ये धरना जी साडा शौक नहीं गा कोई, जिवें तुहानू पहले मैडम दस भी चुके 2005 तो साडियां सेवावां शुरू हुई हैं, असीं ठेके तो सेवावां शुरू करके 2011 च साडी लगातार जदोजहद चल रही सी,
सरकार ने सानू राजपाल दे ऑर्डर दे अधीन नियुक्ति पत्र दिते जिस च CSR सारे जो भी सरकारी कर्मचारी ते रूल लागू हुंदे आ रेगुलर कर्मचारी ते सानू सारा कुछ दिता गया, परंतु हौली हौली सरकार ने बिना किसी लिखती ऑर्डर के जबानी हुक्मों के आधार पर साडे जिहड़े हक आ उन्हां ते कट लाउणा शुरू कर दिता, जिवें मैडिकल रिवर्समेंट हो गई, जिवें साडा ACP केस हो गया, हुण IR भी कट दिता गया। साडी मंग होर असीं ज़्यादा मंगां नहीं रखते भी सवेरे कहें भी तुम सोसायटी है असं इसलिए कटते हैं, असं कहने जो सोसायटी है तो सोसायटी तुम्हें ही बनाई है वो ही रेगुलर किया, जे तुम्हें लगता सोसायटी माड़ी है सानू सिक्ख्या डिपार्टमेंट च मर्ज कर दो, साड़ी यही मंग है जो मर्ज करो, मेन मंग तो साड़ी है सानू मर्ज करो, उस तो पहला सानू जो बेनीफिट जिन्हें फाइनैशियल बेनीफिट है जो साडे ऑर्डर च लिखे असं उदू बिना कुछ नहीं मंगते सानू दिते जाण। ठीक है, धन्यवाद। जसपाल सिंह जी, तरन तारण तो साड़ी जी 2005 की भर्ती आ, साड़ी इको एक ही मंग आ उदों तो जो असी संघर्ष करते आए हैं कि सानू पिक्टस सोसायटी के रेगूलर किया गया, असी भर्ती साड़ी पिक्टस सोसायटी के ही, तो साड़ी इको एक ही मंग आ कि सानू पिक्टस सोसायटी के फुल ग्रेड के नाल सिक्ख्या विभाग के मर्ज किया जाए। इस मंग नू लैके असी पिछले काफ़ी सालों तो जिहड़ा संघर्ष करते आ रहे हैं, तो इस मंग नू लैके असी अज जिहड़ा वा इत्थे संघर्ष विढ़िया होया है।